ਸਤਿ ਸ਼੍ਰੀ ਅਕਾਲ। ਮੈਂ ਇੱਕ ਵਾਰੀ ਫਿਰ ਤੁਹਾਡੇ ਨਾਲ ਡਾਕਟਰ ਅਮਰਪ੍ਰੀਤ ਸਿੰਘ, ਕੰਸਲਟੈਂਟ ਸਰਜਨ ਬਾਵਾ ਨਰਸਿੰਗ ਹੋਮ ਬੱਸੀ ਪਠਾਣਾ ਤੋਂ ਰੂਬਰੂ ਹੋ ਰਿਹਾ ਹਾਂ। ਅੱਜ ਸਾਡੇ ਨਾਲ ਇੱਕ ਬਹੁਤ ਹੀ ਸਾਡੇ ਕੋਲ ਇੰਟਰਸਟਿੰਗ ਪੇਸ਼ੈਂਟ ਆਇਆ ਸੀ, ਜੋ ਕਿ ਅਸੀਂ ਪਹਿਲਾਂ ਵੀ ਦੱਸਿਆ ਗਿਆ, ਜੋ ਕਿ ਗੁਰਪੁਰਬ ਵਾਲੇ ਦਿਨ ਓਪਰੇਟ ਕੀਤਾ ਗਿਆ। ਇਹਨਾਂ ਦਾ ਨਾਮ ਰਜਿੰਦਰ ਕੌਰ ਹੈ, ਜਿਨ੍ਹਾਂ ਦੀ ਰੀਸੈਂਟ ਹੀ ਮੈਰਿਜ ਹੋਈ ਸੀਗੀ ਅਤੇ ਉਸ ਤੋਂ ਬਾਅਦ ਪਤਾ ਚੱਲਿਆ ਕਿ ਪੇਟ ਦੇ ਵਿੱਚ ਕਾਫੀ ਵੱਡੀ ਇਹਨਾਂ ਦੇ ਰਸੌਲੀ ਹੈ, ਜਿਹਦਾ ਕਿ ਵੇਟ ਸਾਨੂੰ 2.2 ਕਿਲੋਗ੍ਰਾਮ ਨੋਟ ਕੀਤਾ ਗਿਆ ਸੀ। ਅੱਜ ਪੇਸ਼ੈਂਟ ਦਾ 10ਵਾਂ ਦਿਨ ਹੈ ਔਰ ਪੇਸ਼ੈਂਟ ਸਾਡੇ ਕੋਲ ਅੱਜ ਟਾਂਕੇ ਕਟਾਉਣ ਆਏ ਹਨ। ਬਾਕੀ ਗੱਲਾਂ ਤੁਹਾਨੂੰ ਸਾਰੀਆਂ ਪੇਸ਼ੈਂਟ ਹੀ ਦੱਸਣਗੇ ਉਹ ਅੱਜ ਕਿਵੇਂ ਫੀਲ ਕਰ ਰਹੇ ਹਨ, ਕਿਉਂਕਿ ਅਸੀਂ ਤਾਂ ਇੱਕ ਗੁਰਪੁਰਬ ਵਾਲੇ ਦਿਨ ਦਾ ਬਹੁਤ ਹੀ ਖੁਸ਼ਗੁਜ਼ਾਰ ਟਾਈਮ ਸੀਗਾ, ਜਦੋਂ ਇਹ ਐਡਾ ਵੱਡੀ ਰਸੌਲੀ ਅਸੀਂ ਬੜੇ ਸਕਸੈਸਫੁਲੀ ਰਿਮੂਵ ਕਰ ਗਏ ਹਾਂ, ਜਿਹੜੀ ਕਿ ਸਾਨੂੰ ਬਹੁਤ ਹੀ ਖੁਸ਼ੀ ਦਿੰਦੀ ਹੈ, ਕਿਉਂਕਿ ਇਹਨਾਂ ਦੀ ਬੱਚੇਦਾਨੀ ਬਚ ਗਈ ਹੈ, ਕਿਉਂਕਿ ਇਹਨਾਂ ਦੀ ਅਗਲੀ ਲਾਈਫ ਅਜੇ ਸ਼ੁਰੂ ਹੋਣੀ ਸੀ, ਜਿਸ ਕਰਕੇ ਕਿ ਰੱਬ ਨੇ ਸਾਡਾ ਔਰ ਇਹਨਾਂ ਦਾ ਬਹੁਤ ਹੀ ਸਾਥ ਦਿੱਤਾ ਹੈ। ਬਾਕੀ ਗੱਲ ਤੁਹਾਨੂੰ ਰਜਿੰਦਰ ਕੌਰ ਹੀ ਆਪਣੇ ਮੂੰਹ ਤੋਂ ਦੱਸਣਗੇ। ਰਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਾਜਿੰਦਰ ਕੌਰ ਹੈ ਅਤੇ ਮੈਂ ਪਿੰਡ ਪਡਾਲੀ ਤੋਂ। ਮੈਨੂੰ ਪਿਛਲੇ ਕੁਛ ਇੱਕ ਮਹੀਨੇ ਤੋਂ ਰਸੌਲੀ ਦੀ ਕੁਛ ਪ੍ਰੋਬਲਮ ਸੀਗੀ, ਮੈਂ ਬਾਹਰ ਕਈ ਹਸਪਤਾਲਾਂ 'ਚ ਵੀ ਦਿਖਾਇਆ ਪਰ ਉਹਨੂੰ ਕੁਛ ਸਮਝ ਵਿੱਚ ਨਹੀਂ ਆਈ। ਫਿਰ ਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਬਾਬਾ ਨਰਸਿੰਘ ਹੋਮ ਉੱਥੇ ਅਮਰਪ੍ਰੀਤ ਸਿੰਘ ਡਾਕਟਰ ਨੂੰ ਮਿਲੋ ਅਤੇ ਅਸੀਂ ਇੱਥੇ ਜਦੋਂ ਇਹਨਾਂ ਨੂੰ ਆ ਕੇ ਮਿਲੇ ਅਤੇ ਇਹਨਾਂ ਨੇ ਸਾਨੂੰ ਕਈ ਟੈਸਟ ਕਹੇ ਕਰਵਾਉਣ ਨੂੰ, ਜਦੋਂ ਸਾਰੇ ਟੈਸਟ ਕਰਵਾਏ ਅਤੇ ਇਹਨਾਂ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਵੀ ਕਾਫੀ ਵੱਡੀ ਰਸੌਲੀ ਹੈ ਜਿਹਦਾ ਓਪਰੇਸ਼ਨ ਹੁੰਦੇ ਹਨ। ਅਤੇ ਗੁਰਪੁਰਬ ਵਾਲੇ ਦਿਨ ਸਾਡਾ ਓਪਰੇਸ਼ਨ ਕੀਤਾ ਗਿਆ, ਉਸ ਤੋਂ ਬਾਅਦ 'ਚ ਹੁਣ ਮੈਂ ਐਂ ਠੀਕ ਹਾਂ, ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਓਪਰੇਸ਼ਨ ਬਹੁਤ ਹੀ ਵਧੀਆ ਹੋਇਆ ਮੈਨੂੰ। ਅਤੇ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਜੇ ਕਿਸੇ ਨੂੰ ਵੀ ਰਸੌਲੀ ਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਇੱਕ ਵਾਰ ਅਮਰਪ੍ਰੀਤ ਸਿੰਘ ਡਾਕਟਰ ਨੂੰ ਜ਼ਰੂਰ ਮਿਲੋ ਤਾਂ ਜੋ ਮੇਰੀ ਤਰ੍ਹਾਂ ਹਰ ਕੋਈ ਚੰਗੀ ਜ਼ਿੰਦਗੀ ਜੀ ਸਕੇ। ਧੰਨਵਾਦ।